ਸਾਰਾ ਦੋਸਤਾਂ ਨੂੰ ਰეკਮੈਂਡ ਕਰਾਂਗਾ ਕਿ ਸਪਾਈਸੀ ਡਿਲਾਈਟ ਵਾਲਿਆਂ ਕੋ ਲਾਓ। ਰਮਜ਼ਾਨ ਵੀ ਆ ਰਿਹਾ ਹੈ, ਇਹਨਾਂ ਕੋਲ ਜਨਾਬ ਹਰ ਚੀਜ਼ ਅੱਛੀ ਪ੍ਰਾਈਸ ਉੱਪਰ ਅਵੇਲੇਬਲ ਹੁੰਦੀ ਹੈ ਤੇ ਅੱਛੀ ਕੁਆਲਿਟੀ। ਅਸਲਾਮ ਅਲੈਕਮ ਜੀ, ਉਮੀਦ ਕਰਦਾ ਤੁਸੀਂ ਸਾਰੇ ਖਰੀਏ ਨਾਲ ਹੋਵੋਗੇ ਜੀ। ਅੱਜ ਅਸੀਂ ਆਏ ਆ ਬ੍ਰੈਡਫੋਰਡ, ਇੱਕ ਐਸੀ ਜਗ੍ਹਾ ਜਿੱਥੇ ਮਾਸ਼ਾਅੱਲਾ ਸਾਡੇ ਭਾਈ ਛੋਟੀ ਜੀ ਫੈਕਟਰੀ ਹੈ ਤੇ ਜ਼ਬਰਦਸਤ ਚੀਜ਼ਾਂ ਬਣਾਉਂਦੇ ਆ ਅੰਦਰ। ਤੁਹਾਨੂੰ ਪਤਾ ਕਿ ਰਮਜ਼ਾਨ ਆਉਣ ਵਾਲਾ, ਰਮਜ਼ਾਨ ਦੇ ਮਹੀਨੇ ਤੇ ਇਹਨਾਂ ਚੀਜ਼ਾਂ ਦੀ ਬੜੀ ਲੋੜ ਪੈਂਦੀ ਹੈ ਜਨਾਬ। ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਆ, ਇੱਥੇ ਸਮੋਸੇ, ਕਬਾਬ, ਸਪ੍ਰਿੰਗ ਰੋਲ, ਸੀਖ ਪਾਓ ਤੇ ਬੜੀਆਂ ਬੜੀਆਂ ਵਧੀਆ ਜੀ ਚੀਜ਼ਾਂ ਮਿਲਦੀਆਂ ਨੇ, ਉਹ ਤੁਹਾਡੇ ਨਾਲ ਪ੍ਰੋਗਰਾਮ ਕਰਾਂਗੇ ਸ਼ੇਅਰ। ਲਓ ਜੀ, ਤੁਹਾਡਾ ਅਗਰ ਇਹ ਸੜਕ ਤੋਂ ਗੁਜ਼ਰਨਾ ਹੋਵੇ ਤੇ ਇੱਥੇ ਲਾਜ਼ਮੀ ਆਓ ਜਨਾਬ, ਸਪਾਈਸੀ ਡਿਲਾਈਟ। ਕੀ ਖਿਆਲ ਹੈ, ਅੰਦਰ ਚਲੀਏ ਵਿਖਾਈਏ ਫਿਰ। ਚਲੋ ਜੀ ਵੇਖ ਲਓ, ਬਾਹਰ ਮਾਸ਼ਾਅੱਲਾ ਜੀ 5-star ਹਾਈਜੀਨ ਰੇਟਿੰਗ ਵੀ ਜ਼ਬਰਦਸਤ ਜੀ, ਤੇ ਮਾਸ਼ਾਅੱਲਾ ਅੰਦਰ ਵੀ ਤੇ ਕੰਮ ਵਧੀਆ ਹੀ ਹੋਏਗਾ। ਕੀ ਖਿਆਲ ਹੈ, ਚਲੀਏ ਫਿਰ ਅੰਦਰ। ਚਲੋ ਚਲਦੇ ਚਲਦੇ, ਮਾਸ਼ਾਅੱਲਾ ਭਾਈ ਹੋਰ ਸਾਹਮਣੇ ਖੜੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਸਰ, ਕੀ ਹਾਲ ਹੈ? ਠੀਕ ਹੈ ਅਲਹਮਦੁਲਿਲਾ ਜਨਾਬ। ਤੇ ਭਾਈ ਤੁਸੀਂ ਸੁਣਾਓ, ਕੀ ਹਾਲ ਚਾਲ ਹੈ? ਅੱਲਾਹ ਪਾਕ ਦਾ ਸ਼ੁਕਰ, ਠੀਕ ਠਾਕ। ਤੇ ਮੈਂ ਕਿਹਾ ਜੀ ਬ੍ਰੈਡਫੋਰਡ ਦੇ ਅੰਦਰ ਆਪਣੀ ਆਵਾਮ ਨੂੰ ਵਿਖਾਈਏ ਨੇ, ਤੇ ਮਾਸ਼ਾਅੱਲਾ ਅੱਗੇ ਰਮਜ਼ਾਨ ਆਉਣ ਵਾਲਾ ਹੈ। ਬਿਲਕੁਲ ਜੀ ਬਿਲਕੁਲ। ਤੇ ਇਹਨਾਂ ਚੀਜ਼ਾਂ ਦੀ ਤਾਂ ਬੜੀ ਜ਼ਬਰਦਸਤ ਜ਼ਰੂਰਤ ਪੈਣੀ ਹੈ ਅੱਗੇ। ਬਿਲਕੁਲ। ਤੇ ਚੀਜ਼ਾਂ ਅੱਛੀਆਂ ਮਿਲਦੀਆਂ ਹੁਣ ਤੇ ਬੰਦਾ ਫਿਰ ਇਨਸ਼ਾਅੱਲਾ। ਅਲਹਮਦੁਲਿਲਾ, ਅਸਾਂ 5 ਸਾਲ ਹੋ ਗਏ ਤਕਰੀਬਨ ਇਸ ਕੰਮਾਂ ਵਿੱਚ। ਜੀ ਜੀ। ਅਸਾਂ ਸਮੋਸੇ ਬਣਾਉਣੇ ਆ, ਮੀਟ ਨੇ ਬਣਾਉਣੇ ਆ, ਚਿਕਨ ਨੇ ਬਣਾਉਣੇ ਆ। ਅੱਛਾ। ਤੇ ਬਾਅਦ ਸੀਖ ਕਬਾਬ ਬਣਾਉਣੇ ਆ। ਤੇ ਪਹਿਲੇ ਭਾਈ ਜੀ ਆਪਣਾ ਨਾਮ ਦੱਸੋ ਜਨਾਬ। ਮੇਰਾ ਨਾਮ ਯਾਸਰ ਇਕਬਾਲ ਹੈ। ਯਾਸਰ ਇਕਬਾਲ। ਤੇ ਪਾਕਿਸਤਾਨ ਆਪਣਾ ਕਿਹੜੇ ਇਲਾਕੇ 'ਚ? ਪਾਕਿਸਤਾਨ ਮੀਰਪੁਰ ਆਜ਼ਾਦ ਕਸ਼ਮੀਰ ਵਿੱਚ। ਮੀਰਪੁਰ ਆਜ਼ਾਦ ਕਸ਼ਮੀਰ। ਤੇ ਇਹ ਜਿਹੜਾ ਕਾਰੋਬਾਰ ਜਨਾਬ, ਕਿਸ ਤਰ੍ਹਾਂ ਖਿਆਲ ਆਇਆ ਬਈ ਯੂਕੇ ਦੇ ਅੰਦਰ ਤੁਸੀਂ ਇਹ ਆਪਣਾ ਵਿੱਚ? ਇਹ ਖਿਆਲ ਇਸ ਤਰ੍ਹਾਂ ਹੋਇਆ ਸੀ ਕਿ ਅਸਾਂ ਲੀਡ ਅਸਾਂ ਦੇਖ ਵੀ ਸੀ ਉੱਥੋਂ, ਅਸਾਂ ਨੇ ਕੋਈ ਬੰਦੇ ਕੇਟਿੰਗ ਲੈ ਸਨ ਜਿਨ੍ਹਾਂ ਕਿ ਬਸੰਤ ਨੇ ਕਬਾਬ ਉਹਨਾਂ ਰਿਕਮੈਂਡ ਕੀਤਾ ਹੈ, ਸਾਡੇ ਕਬਾਬ ਲੈ ਕੇ ਦਿਓ ਤੁਸੀਂ, ਉੱਥੋਂ ਨੇ ਕਬਾਬ ਬਹੁਤ ਬਿਹਤਰੀਨ ਹੈ। ਜੀ ਜੀ। ਫਿਰ ਕਰਨਾ ਫਿਰ ਜਿੱਦਾਂ 2000 ਲਾਇਆ, 2000 ਜੂ, 20000 ਜੂ, 50000 ਫਿਰ ਲਾਉਣੇ ਸ਼ੁਰੂ ਕਰਦਾ। ਅਲਹਮਦੁਲਿਲਾ ਅੱਜ 5 ਸਾਲ ਲੈ ਗਏ ਨੇ ਜਗ੍ਹਾ। 5 ਸਾਲ ਹੋ ਗਏ ਤੁਹਾਨੂੰ ਇਸੇ ਜਗ੍ਹਾ ਤੇ ਹੀ? ਹਾਂ ਜੀ, ਇਸੇ ਜਗ੍ਹਾ ਪਰ। ਤੇ ਇਹ ਜਿਹੜੇ ਤੁਹਾਡੇ ਕਬਾਬ ਨੇ, ਸਮੋਸੇ, ਜਿਹੜੀ ਵੀ ਚੀਜ਼ਾਂ ਤੁਸੀਂ ਬਣਾਉਂਦੇ ਹੋ, ਇਹ ਹੋਲਸੇਲ ਵੀ ਕਰਦੇ ਹੋ ਜਾਂ? ਅਸੀਂ ਹੋਲਸੇਲ ਵੀ ਕਰਨੇ ਆ, ਕੈਸ਼ਿੰਗ ਕਰੇ ਵੀ ਦੇਣੇ ਆ, ਟੇਕ ਵੇ ਲੈ ਕੇ ਦੇਣੇ ਆ, ਡੋਰ ਟੂ ਡੋਰ ਡਿਲੀਵਰੀ ਵੀ ਕਰਨੇ ਆ। ਅੱਛਾ। ਇੱਥੇ ਬੰਦੇ ਆਪਣੇ ਉਹ ਵੀ ਕਲੈਕਸ਼ਨ ਕਰਦੇ ਨੇ। ਠੀਕ। ਬੰਦੇ ਫੋਨ ਕਰ ਰਹੇ ਨੇ, ਫੋਨ ਦੇ ਆਰਡਰ ਤੁਹਾਨੂੰ ਕੀ ਦੇਣੇ ਵੀ ਆ, ਉਹਨਾਂ ਕੀ ਕਾਰਜ ਕਰ ਦੇਣੇ ਆ। ਬਿਲਕੁਲ। ਇਤਲਾ ਬ੍ਰੈਡਫੋਰਡ ਜੀ, ਲੀਡ, ਡਿਊਜ਼ਬਰੀ, ਐਡਨਪੀਲ, ਐਡਨਬਰਗ, ਗਲਾਸਗੋ, ਅੱਛਾ, ਬਰਮਿੰਗਮ, ਲੁਟਨ, ਲੈਸਟਰ, ਸਾਰੇ ਪਾਸੇ ਸਪਲਾਈ ਕਰ ਰਹੇ ਹਾਂ। ਇਹਦਾ ਮਤਲਬ ਹੈ ਤੁਹਾਡੇ ਜਿਸ ਬੰਦੇ ਸਮੋਸੇ ਸਮੋਸੇ ਖਾਣੇ ਹੋਣ ਤੇ ਆਰਡਰ ਕਰੇ ਤੇ ਪਹੁੰਚ ਜਾਣਗੇ ਇਨਸ਼ਾਅੱਲਾ। ਇਨਸ਼ਾਅੱਲਾ। ਉਹ ਵੀ ਯਕੀਨ ਨਾ ਆਣਾ ਕਿ ਇੱਕ ਵਾਰੀ ਖਾ ਦਨ ਨਾ ਉਹ ਨਾਲ 10 ਬੰਦੇ ਹੋਰ ਲੈ ਕੇ ਆਪਸ। ਇਹ ਹੀ ਤਾਂ ਗੱਲ ਹੁੰਦੀ ਨਾ, ਚੀਜ਼ ਚੰਗੀ ਮਿਲੇ ਨਾ ਤਾਂ ਬੜੇ ਦੂਰ ਤੱਕ ਜਾਂਦੀ ਹੈ। ਇਨਸ਼ਾਅੱਲਾ ਇਨਸ਼ਾਅੱਲਾ। ਤੇ ਮਾਸ਼ਾਅੱਲਾ ਇਹ ਬ੍ਰੈਡਫੋਰਡ ਦੇ ਅੰਦਰ ਇਹ ਤੁਹਾਡਾ ਜਿਹੜਾ ਆਪਣਾ ਫੈਕਟਰੀ ਹੈ, ਕਿਹੜੀ ਜਗ੍ਹਾ ਜਨਾਬ? ਤੇ ਕਿਤਨੇ ਦਿਨ ਓਪਨ ਰਹਿੰਦੀ ਹੈ ਜਨਾਬ? ਅਸਾਂ 6 ਦਿਨ ਓਪਨ ਹੋਣੇ ਆ, ਸੁਬਾਹ ਦੇ ਖੋਲਨੇ ਆ, ਸ਼ਾਮੀ 6 ਵਜੇ ਬੰਦ ਕਰ ਛੱਡਨੇ ਆ। ਸ਼ਾਮੀ 6 ਵਜੇ ਬੰਦ ਕਰ ਛੱਡਣ। ਕੈਸ਼ਨ ਗੈਰੀ ਤੇ ਤੁਹਾਡੇ ਕਿਹੜੇ ਨਾਂ ਤੋਂ ਸਮੋਸੇ ਹੁੰਦੇ ਜਾਂ ਚੀਜ਼ ਹੁੰਦੀ ਹੈ ਜਿਹੜੀ ਉੱਥੇ ਬੰਦੇ ਆਸਾਨੀ ਨਾਲ ਤਲਾਸ਼ ਕਰਕੇ ਲੱਭ ਜਾਣ? ਸਪਾਈਸੀ ਡਿਲਾਈਟ ਲਿਮਿਟਿਡ। ਸਪਾਈਸੀ ਡਿਲਾਈਟ ਲਿਮਿਟਿਡ ਜੀ, ਇਸ ਤਰ੍ਹਾਂ ਕੰਪਨੀ ਦਾ ਨਾਮ ਹੈ। ਬਿਲਕੁਲ ਜੀ ਭਾਈ, ਉਹਨਾਂ ਦੀ ਕੰਪਨੀ ਦਾ ਨਾਮ ਸਪਾਈਸੀ ਡਿਲਾਈਟ ਲਿਮਿਟਿਡ। ਜਿੱਥੇ ਵੀ ਤੁਸੀਂ ਜਾਓ ਨਾ ਕੈਸ਼ ਐਂਡ ਕੈਰੀ ਤੇ ਭਾਈ ਉਹਨਾਂ ਦਾ ਨਾਂ ਕੰਪਨੀ ਦਾ ਵੇਖ ਕੇ ਸਮੋਸੇ ਖਾਓਗੇ ਤੇ ਯਾਦ ਕਰੋਗੇ। ਕਿਉਂ ਜੀ? ਤਾਂ ਰੇਟਿੰਗ ਹੈ। ਅੱਛਾ, ਮਾਸ਼ਾਅੱਲਾ ਜੀ, ਅਲਹਮਦੁਲਿਲਾ, ਤੇ ਜ਼ਬਰਦਸਤ ਜੀ। ਤੁਹਾਡੀਆਂ ਬੜੇ ਲੋਕ ਤਾਰੀਫ ਕੀਤੀ ਸੀ, ਮੈਂ ਫਿਰ ਅਸੀਂ ਵੀ ਆਪਣੇ ਚੈਨਲ ਤੇ ਸ਼ੇਅਰ ਕਰੀਏ, ਉਹਨਾਂ ਨੂੰ ਵੀ ਵਿਖਾਈਏ ਜੀ ਚੰਗੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ। ਬਿਲਕੁਲ ਜੀ ਬਿਲਕੁਲ, ਅੱਛੀ ਬਾਤ ਹੈ, ਚੰਗੀ ਚੀਜ਼ਾਂ ਜੀ ਤਾਂ ਮਿਲੀਆਂ ਹੋਣ, ਜਾਣਾ ਚਾਹੀਦਾ ਤਾਂ ਕਿ ਆਵਾਮ ਵੀ ਪਤਾ ਲੱਗਿਆ। ਬਿਲਕੁਲ, ਕੋਈ ਬਣ ਰਿਹਾ ਕਿਉਂਕਿ ਅੱਜ ਕੱਲ੍ਹ ਲੋਕ ਮਿਕਸ ਅਪ ਬਹੁਤ ਜ਼ਿਆਦਾ ਚੀਜ਼ਾਂ ਕਰ ਰਹੇ ਨੇ, ਸਸਤੀ ਕਰਨ ਵਾਸਤੇ ਹਰ ਚੀਜ਼ ਕਰ ਰਹੇ ਨੇ। ਆਦੇ ਜ਼ਿਆਦਾ ਪੈਸੇ ਕਮਾਉਣ ਵਾਸਤੇ ਨਾ ਕੁਆਲਿਟੀ ਦਾ ਖਿਆਲ ਨਹੀਂ ਰੱਖਦੇ। ਅਸਾਂ ਇਹ ਕਹਿੰਦੇ ਕਿ ਕੁਆਲਿਟੀ ਹੈ, ਕੁਆਲਿਟੀ ਰੱਖੋ ਤਾਂ ਕਿ ਬੰਦੇ ਖਾਣ। ਇਨਸ਼ਾਅੱਲਾ ਉਹ ਤੁਸੀਂ ਅੰਦਰ ਦੱਸਣਾ। ਚਲੋ ਜੀ ਚਲਦੇ ਆ ਅੰਦਰ, ਅੰਦਰ ਦਾ ਮਾਹੌਲ ਭਾਈ ਹੋਰ ਸ਼ੇਅਰ ਕਰਾਉਣਗੇ ਤੇ ਕਿਹੜੀਆਂ ਜ਼ਬਰਦਸਤ ਚੀਜ਼ਾਂ ਇੱਥੇ ਇਹਨਾਂ ਕੋਲ ਬਣ ਰਹੀਆਂ ਨੇ। ਚਲੋ ਚਲਦੇ ਆ ਜੀ ਫੈਕਟਰੀ ਦੇ ਅੰਦਰ, ਕਿਹੜੀ ਕਿਹੜੀਆਂ ਜ਼ਬਰਦਸਤ ਚੀਜ਼ਾਂ ਬਣ ਰਹੀਆਂ ਨੇ। ਅਸਲਾਮ ਅਲੈਕਮ ਭਾਈ ਜਾਨ। ਵਾਲੇਕਮ ਅਸਲਾਮ ਜੀ, ਕੀ ਹਾਲ ਹੈ? ਠੀਕ ਹੋ? ਠੀਕ ਠਾਕ ਜਨਾਬ, ਤੁਸੀਂ ਸੁਣਾਓ, ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ, ਠੀਕ। ਤੇ ਕੀ ਨਾਮ ਭਾਈ ਜੀ ਆਪਣਾ? ਮੇਰਾ ਨਾਮ ਹਮਾਦ ਹੈ। ਤੇ ਪਾਕਿਸਤਾਨ ਕਿਹੜੇ ਇਲਾਕੇ ਤੋਂ ਜਨਾਬ? ਪਾਕਿਸਤਾਨ ਜੇਲਮ ਸਰਾਇਲ ਵਾਲੀ। ਤੇ ਇਹ ਕੀਮਾ ਕਰਨ ਲਈ ਮਸ਼ੀਨ ਹੈ ਸਾਡੀ, ਅਸਾਂ ਚਿਕਨ ਆਪਣੀ ਲੈ ਕੇ ਆਉਂਦੇ ਆ, ਕੀਮਾ ਸਾਈ ਇਸ ਦੇ ਚ ਕਰਨੇ ਆ। ਅੱਛਾ। ਫਿਰ ਉਸ ਤੋਂ ਬਾਅਦ ਇਹ ਕੀਮਾ ਸਾਰਾ ਇਸ ਮਸ਼ੀਨ ਚ ਆ ਜਾਂਦਾ। ਅੱਛਾ, ਸਾਰਾ ਇਸ ਮਸ਼ੀਨ ਚ ਆਣਾ। ਹਾਂ, ਇਸ ਦੇ ਚ ਫਿਰ ਮਿਕਸ ਹੁੰਦਾ ਵੈ, ਗਾਰਲਿਕ ਵਗੈਰਾ, ਜਿੰਜਰ, ਧਨੀਆ ਵਗੈਰਾ ਸਾਰਾ ਕੁਝ ਪੈਂਦਾ ਹੈ, ਸਪਾਈਸੀਸ, ਮਸਾਲੇ। ਅਸਾਂ ਨਾ ਕੋਰਨ ਮੀਲ ਪਾਣੇ ਆ, ਨਾ ਕੋਈ ਬੇਸਣ ਵਿੱਚ ਪਾਣੇ ਆ। ਖਾਲਸ ਚੀਜ਼ਾਂ, ਇਹਦਾ ਮਤਲਬ ਖਾਲਸ ਚੀਜ਼ਾਂ, ਖਾਲਸ ਚੀਜ਼ਾਂ। ਕਿਸੇ ਵੇਲੇ ਐਨੀ ਟਾਈਮ ਟਰਾਈ ਆ ਕੇ ਟਰਾਈ ਕਰਕੇ ਚੈੱਕ ਕਰ ਸਕਦੇ ਹੋ, ਮਤਲਬ ਮਜ਼ਾ ਹੀ ਤਾਂ ਆਉਂਦਾ ਨਾ ਚੀਜ਼ ਖਾਲਸ ਹੋਵੇ। ਅਸਾਂ ਤਾਂ ਸਾਨੂੰ ਵੀ ਲਾਜ਼ਮੀ ਟਰਾਈ ਕਰਾਸਾ ਇਨਸ਼ਾਅੱਲਾ ਹੁਣੇ। ਬਿਲਕੁਲ ਜੀ, ਇਨਸ਼ਾਅੱਲਾ ਜੀ, ਸੋ ਪਤਾ ਚੱਲਦਾ ਤਾਂ ਹੀ ਹੈ ਨਾ ਬੰਦੇ ਨੂੰ ਚੀਜ਼ ਦਾ ਚੀਜ਼ ਕਿਸ ਤਰ੍ਹਾਂ ਦੀ ਹੈ। ਵਾਹ ਜੀ, ਕੁਆਲਿਟੀ ਦਿਓਗੇ ਤਾਂ ਕਸਟਮਰ ਵਾਪਸ ਆਏਗਾ ਨਾ। ਬਿਲਕੁਲ।
बिल्कुल, अगर तुसी पैसे कमाने पिछे क्वालिटी कंट्रोल नहीं रखोगे तो फिर एक दफा गाहक आए दूसरी दफा आए फिर रहने दो ना। असा पैसे नु काट दे क्वालिटी नु ज्यादा अहमियत दे रहे हैं। ताई ते तुहाडा नाम मशहूर है जनाब, दुनिया जानदी है जी हां। उदा चीजा लेनिया होंदे इत्थे आओ भाई उना कोल, ब्रैडफोर्ड आओ, ब्रैडफोर्ड आओ। ते अगर नहीं पहुंच सकते तो बंदे कहंदे डिलीवरी करवा लियो, डिलीवरी कर देसा कोई मसला नहीं, ऑर्डर होवे ते डिलीवर भी हो जांदी। बिल्कुल, चलो जी करो जी मिक्स माशाल्लाह लगे। कितना कीमा चला जांदा वैसे? 20 किलो। देख लो जी माशाल्लाह कितना जबरदस्त साफ सुथरा जिहा माहौल है, ते कीमा जा रहा मशीन दे अंदर। उस तो बाद फिर अगला सिस्टम तुहाडे नाल शेयर करांगे, कबाब बनन के वधिया जे। देखो जी अंदर चल रहे ने माशाल्लाह सीख कबाब, अच्छा ये सीख कबाब लग रहे ने इस साइड ते जी। ए देख लो ते ए केड़े सीख कबाब ने जनाब? ए मीट वाले शीप दा कीमा यूज करने आ। अच्छा शीप दा कीमा यूज कर। देखो जी किन्नी जबरदस्त प्रोडक्शन लाइन चल रही है उधर, भाई और ला रहे ने। ते उमूमन तुहाडी फैक्ट्री किन्ने हजार कबाब तैयार होंदे ने? प्रोडक्शन लाइन दा काफी ज्यादा चल रही है ना, मैं तां पूछ रहा। रोज दा तकरीबन 5000 कबाब तैयार होंदे। 5000 कबाब माशाल्लाह जी। सुबह 8 बजे काम स्टार्ट होंदा है ते शाम 6-7 बजे तक। अच्छा जी, तेरा मतलब है इदी डिमांड काफी है जी? माशाल्लाह बहुत लोग काफी पसंद करदे ने। जाहिर है। ते भाई जी तुसी दसो जे काम पाकिस्तान तो सिख के आए सी जे इत्थे? ना मैं इत्थे सिख के सारा पाकिस्तान ही सिख के? ना 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 ना। अच्छा जी पाकिस्तान नहीं गया, पाकिस्तान वेले डडे वार। अच्छा ते यूके आके पता लग गया फिर काम होंदा किवें? बस इत्थे आके सारा पता लग गया, तो सामने ओनर ओनर ही है जनाब। क्यों जी? ते देख लो जी माशाल्लाह लगे ने चेन ते, ए ऑटोमेटिक है रोटेट होंदी है नी जी। हां देख लो जी किन्ने जबरदस्त चल रहे हैं। किस तरह जबरदस्त ये रोटियां बन रही ने, ते बड़ा काम आसान हो जाता। क्यों जी? जे हाथ नाल काम करना होए ते इतनी बड़ी प्रोटेक्शन देना बड़ा औखा जा काम है, बहुत मुश्किल हो जांदा है। हुण इसलै भी
ਰੋਜ਼ ਦਾ ਤਕਰੀਬਨ 2500 ਸਮੋਸਾ ਬਣਦਾ ਹੈ। ਅੱਛਾ 2500 ਸਮੋਸਾ ਤੇ ਫਿਰ ਉਹ ਹੱਥ ਨਾਲ ਬੇਲਣਾ ਆਸਾਨ ਤਰੀ ਨਹੀਂ ਹੈ। ਬਿਲਕੁਲ ਜੀ समोसे बन रहे जनाब देख लो जी पाकिस्तान वाली स्पीड वाला काम हो रहा है इत्थे जिवें पाकिस्तान लगे होंदे समोसे बनाउण स्पीडो स्पीड ते ओही स्पीड इत्थे चल रही है। माशाल्लाह वेख लो वधिया जे समोसे बढ़ रहे ने बड़े जबरदस्त बिलकुल बिलकुल देसी स्टाइल समोसा समोसे की शक्ल ही पता लगती है जनाब है जिहड़ा पाकिस्तान रेहड़िया ते मिलदा ना ते ओही समोसा है जी। सर तुसीं तक सकदे हो कई दफा होंदा ना समोसे लियो बाहरों तो बड़े वधिया जिहे लगदे ने जिहड़े अंदरों खोलो ना अंदरों खाली, खाली होंदा बिलकुल जिवें तुहाडा समोसा बाहरों नजर आ रहा है इंजी अंदरों नजर आ रहा है। मैं अज वेख्या तुहाडा जिन्हां नूं यकीन करो तो बड़ी खुशी हुई है तुसीं सही माल भर के देंदे हो ते अगला बंदा खुश होएगा ते मीट समोसे ते और केड़ी केड़ी आइटम तुहाडे कोल होंदी जी। चिकन समोसा मीट समोसा वेजिटेबल समोसा वे चिकन रोल वेज रोल मीट रोल ए सारा कुछ इत्थे बनदा वे। अज वेजिटेबल समोसे दी प्रोडक्शन हो रही है वैसे नॉर्मल दिनां च असां रोल भी बनाने आ। अच्छा रोल मीट वेज चिकन जी बिल्कुल ए स्पेशल ऑर्डर है तुसीं कहा सी जाणा किधर स्पेशल ऑर्डर स्कॉटलैंड जा सी 6000 समोसा 6000 समोसा माशाल्लाह जी देख लो जी ते उत्थे वास्ते रेडी कर रहे तुहाडी मशहूरी ते फिर बड़े दूर दूर तक जनाब बड़े दूर दूर पसंद करदे ने अगर तुसी किधर भी कैश एंड कैरी ते जाओगे ना लोगे स्पाइसी डिलाइट दा लोगो वेखो ते समोसे इन्हां दे तुहानू मिलणगे वधिया जे बिल्कुल ते आ वेख लो स्प्रिंग रोल इन्हां बनाए ने ते स्प्रिंग रोल भी सेम वेजिटेरियन मीट वाले सारे तुसी सारे सेम बनाने आ इसे तरह गल होई नहीं जी वेख लो माशाल्लाह समोसे भी इन्हां दे साइज बहुत ही जबरदस्त है ते स्प्रिंग रोल भी माशाल्लाह बहुत ही अच्छी क्वालिटी दे ने ते फिलिंग भी माशाल्लाह जबरदस्त है। हाँ देख लो जी माशाल्लाह इन्हां दी पैकिंग है हुण रेडी हो रहे ने जाण वास्ते भाई जान जी ये डिलीवरी जासी आज अच्छा तो उस वास्ते रेडी हो रही है पैकिंग गल होई ना देख लो माशाल्लाह कर लो या संदा लोगो लग्या सी चिकन सीख कबाब ऊपर चिकन सीख कबाब माशाल्लाह देख लो हर एक चीज दी ना इंग्रेडिएंट्स पूरी लिखी है जेडी अंदर होएगी ओही तुहानू मिलेगी जी जबरदस्त जी पैकिंग हो रही है इत्थे जरूरत पैंदी है जनाब चंगी चीज मिल जाए बनी बनाई ते कार बनाने दी की लोड है कार बनाने दी की जरूरत है आसां कोल फ्रेश भी अवेलेबल हन फ्रोजन चाहिदे होणो भी मिल जांदा अच्छा दो काम कटे हो जाते हैं जो बंदा फ्रीज करना चाहते हैं वो भी अवेलेबल है जो ताजे खाना चाहते हैं वो भी अवेलेबल है वो भी मिल जाने बिल्कुल जी देख लो कितना जबरदस्त माशाल्लाह माशाल्लाह फ्रीजर भरिया जनाब
जदी आओगे खाली नहीं होगा भरिया ही मिलेगा ते तुहानू घर बनाओ भावे समोसा चाट जेड़ी शाह मर्जी इन्हां दी क्यों जी ऐ वेख लो सारा कुछ लब सी बिलकुल ऐ वेखो ना जी हर एक चीज इन्हां भरी के रखी है तुहाडे वास्ते कबाब से सी कबाब हां जी शामी कबाब भी है ना अच्छा शामी कबाब भी है ना अच्छा वो भी बनाने आसा ओ फ्रोजन नहीं करदे ओ भी फ्रोजन होंदे ओ भी फ्रोजन होंदे सारे अच्छा जी लो जी आदे ने ईद दा ते रोला ही मुक गया हर एक चीज जनाब बड़ी मनाई है तू बिलकुल घर की वक्त जानवी जी बंदे नु बहुत सारे जरूरत पैसे इन चीजा दी ते बहुत मोस्ट वेलकम आओ इस तो यार ते रोजे दा मजा भी नहीं ना ना जी राती रोजा खोलने वेले सारा दिल करदा कोई तलाई वाली चीज हां जी ते चीज वधिया जी होवे ते फिर रोजे दा और ही स्वाद आ जांदा बहुत शुक्रिया जनाब अपने कस्टमर खड़े ने ते माशाल्लाह कबाब खा रहे ने अस्सलाम वालेकुम वालेकुम सलाम भाई जी की हाल है अल्लाह का शुक्र है ठीक ठाक हो ते पहले भाई जी की नाम दी अपना थोड़ा इरफान भट्ट नाम इरफान भट्ट ते पाकिस्तान केड़े इलाके जो सराय आलमगीर दे सराय आलमगीर ते माशाल्लाह देख लो जी भाई और खा रहे ने कबाब ते भाई जी दसो इन्हां दे कबाब है की होने नहीं यार मजे दे कबाब ने करे ते मैं नॉर्मली एक कद खा के रह जाना अच्छा ते मैं चार ते चार खाने ने अच्छा एदा मतलब है लैंड तो पहले ट्राई कराने ने भाई और बिल्कुल सर जिस टाइम एक नया कस्टमर आवे पुराना भी आवे कबाब सांबल ट्राई करो पहले दिल मने ते लियो वरना रहन दियो समोसियां दा कबाबां दा और मैं अपने सारे यारा दोस्तां नूं रिकमेंड करांगा कि स्पाइसी डिलाइट वाले को लावो रमजान भी आ रहा है इन्होंने जनाब हर चीज अच्छी प्राइस उपर अवेलेबल होती है अच्छी क्वालिटी भी है बिलकुल है तो देख लो जी किन्ने जबरदस्त ते कितना अरसा होया जनाब तू तू तुहानू इत्थे आंदे होए जनाब मैं सर 7 साल हो गए मेरे को जनाब सात साल हो गए ने ते किधरे और जान दा दिल नहीं करदा नहीं सर जे भाई ने प्यार है ना जिस टाइम हो जनाब पे पहला फ्री देंदे ने अच्छा अक्सर अगर जनानी का रोटी ना देवे ते जनाब फ्री दे देंदे ने अच्छा जी ਇਹਦਾ ਮਤਲਬ ਲੁੱਕ ਆਫਟਰ ਕਰਦੇ ਨੇ ਬਹੁਤ ਜ਼ਿਆਦਾ ਸਰ ਜੀ ਮਗਰ ਬੰਦਾ ਲੁੱਕ ਆਫਟਰ ਕਰ ਬੰਦਾ ਘਰੋਂ ਬਾਹਰ ਨਿਕਲ ਆਵੇ ਨਾ ਫਿਰ ਖਾਣ ਪੀਣ ਜੋਗੀ ਚੀਜ਼ ਮਿਲ ਜਾਂਦੀ ਬਾਅਦ ਵਿੱਚ ਹੈਨੀ ਇਹਨਾਂ ਦਾ ਪਿਆਰ ਹੈ ਇਹਨਾਂ ਦਾ ਆਪਣੇ ਭਾਈਆਂ ਦਾ ਪ੍ਰਦੇਸ਼ ਇਹੀ ਤੇ ਫਾਇਦਾ ਹੁੰਦਾ ਜਨਾਬ ਕਿਉਂ ਜੀ ਬਿਲਕੁਲ ਸਹੀ ਤੇ ਲੁੱਕ ਆਫਟਰ ਇੱਕ ਦੂਜੇ ਦੀ ਕਰਾਂਗੇ ਤੇ ਅੱਗੇ ਜਾਵਾਂਗੇ ਕਿਉਂ ਜੀ ਸਹੀ ਬਾਤ ਸਹੀ ਬਾਤ ਜੇ ਇੱਕ ਦੂਜੇ ਦੀ ਲੱਤਾਂ ਖਿੱਚਦੇ ਰਹਾਂਗੇ ਤੇ ਫਿਰ ਅਸੀਂ ਕੀ ਤਰੱਕੀ ਕਰਨੀ ਹੈ ਬਿਲਕੁਲ ਸੋਹਣੀ ਗੱਲ ਸਰ ਤੇ ਬਹੁਤ ਸ਼ੁਕਰੀਆ ਜਨਾਬ ਤੁਸੀਂ ਖਾਓ ਇੰਜੋਏ ਕਰੋ ਕਬਾਬ ਤੁਹਾਡਾ ਟਾਈਮ ਨਹੀਂ ਜ਼ਿਆਦਾ ਲਿਆਂਗੇ ਤੇ ਗਰਮਾ ਗਰਮ ਕਬਾਬ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਤੁਸੀਂ ਨਾ ਫਿਰ ਟ੍ਰਾਈ ਕਰ ਲਓ ਇਨਸ਼ਾਅੱਲਾ ਜੀ ਤੁਸੀਂ ਖਾਓ ਫਿਰ ਬਹੁਤ ਸ਼ੁਕਰੀਆ ਲਓ ਜੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਅਸੀਂ ਆਏ ਸੀ ਇੱਥੇ ਬ੍ਰੈਡ ਫਰ ਇੱਕ ਛੋਟੀ ਜੀ ਫੈਕਟਰੀ ਹੈ ਮਾਸ਼ਾਅੱਲਾ ਭਾਈ ਹੋਰ ਜ਼ਬਰਦਸਤ ਜੀ ਇੱਥੇ ਬਣਾਉਂਦੇ ਨੇ ਸਮੋਸੇ ਕਬਾਬ ਹਰ ਇੱਕ ਚੀਜ਼ ਤੇ ਕਦੇ ਤੁਹਾਡੇ ਇਧਰ ਗੁਜ਼ਰਨਾ ਹੋਵੇ ਤੇ ਗੁਜ਼ਰਨਾ ਨਾ ਵੀ ਹੋਵੇ ਤੇ ਤੁਸੀਂ ਫੋਨ ਤੇ ਆਰਡਰ ਕਰੋ ਡਿਲੀਵਰੀ ਤੁਹਾਡੇ ਘਰ ਪਹੁੰਚ ਜਾਏਗੀ ਜਨਾਬ ਤੇ ਵਧੀਆ ਜਿਹਾ ਸਮੋਸੇ ਬਣਾਉਂਦੇ ਨੇ ਕਬਾਬ ਕੇ ਹਰ ਇੱਕ ਚੀਜ਼ ਹੈ ਤੇ ਤੁਸੀਂ ਲਿਓਗੇ ਤੇ ਖਾਓਗੇ ਤੇ ਫਿਰ ਤੁਸੀਂ ਕਿਧਰੇ ਹੋਰ ਜਾਓਗੇ ਹੀ ਨਹੀਂ ਤੇ ਸਾਨੂੰ ਦਿਓ ਇਜਾਜ਼ਤ ਜ਼ਿੰਦਗੀ ਰਹੀ ਤੇ ਫਿਰ ਮੁਲਾਕਾਤ ਹੁੰਦੀ ਰਹੇਗੀ ਕਿਸੇ ਹੋਰ ਦਿਨ ਕਿਸੇ ਹੋਰ ਜਗ੍ਹਾ ਤੇ ਕਿਸੇ ਹੋਰ ਵੀਡੀਓ ਚ ਅੱਲਾਹ ਹਾਫਿਜ਼।